ਧੂੰਆਂ ਚੈੱਕ ਕਰੋ ਜੀ। ਤੀਸਰਾ ਲੋ ਲੱਗਾ ਜੀ, ਤੀਸਰਾ ਲੋ। ਮੁੰਡਾ ਯਕੀਨ ਆ ਕਹਿੰਦਾ ਯਾਰ ਮੇਰੀ ਵੀਡੀਓ ਵੀ ਬਣਾ ਦਿਓ। ਮੈਂ ਕਿਹਾ ਯਾਰ ਤੇਰੇ ਵੀ ਬਣਾ ਦਿੰਦੇ ਹਾਂ ਅੱਜ। ਤੀਸਰਾ ਖਿੱਚ ਜਾਂਦਾ 75, 85 ਪਿੱਛੇ ਰਹਿ ਗਿਆ ਜੀ। ਉਧਰੋਂ ਪਹਿਲਾਂ ਭਰ ਦਿੱਤੀ ਹੈ 75 ਰਹਿ ਜੀ। ਆਹੋ, ਇਹ ਕੀ ਗੱਲ ਹੈ 75 ਨੂੰ? ਇਹ ਜੀ ਆ ਗੱਡੀਆਂ ਗੁੱਡੀਆਂ ਦਾ ਫਰਕ ਹੁੰਦਾ ਬੜਾ ਜੀ। ਆਹ ਪੁਰਾਣੀ ਗੱਡੀ ਹੈ, ਹੁਣ ਨਵਾਂ ਲੋਹਾ ਨਿਕਲਿਆ ਜੀ। ਹੈ ਉਹ ਨਵਾਂ ਲੋਹਾ ਆਇਆ ਹੈ, ਇਹ ਪੁਰਾਣਾ ਹੈ? ਇਹ 13 ਮਾਡਲ ਆ ਯਾਰ, ਟਾਇਰ ਵੱਡੇ ਪਾਤੇ ਨੇ 18 ਦੇ। ਇਹ ਇਕੱਠੇ ਹੀ ਦੋਵੇਂ ਅਸੀਂ ਇਕੱਠੇ ਚਲਾਏ ਆ। ਹਾਂਜੀ, ਇਕੱਠੇ ਹੀ ਚਲਾਏ ਨੇ। ਲਓ ਜੀ, 85 ਹਰ ਗਿਆ, 85 ਹਰ ਗਿਆ ਜੀ। ਲਓ ਜੀ, ਤੇਰਾ ਕੀ ਨਾਮ ਹੈ? ਮੇਰਾ ਨਾਮ ਮਦਰ ਹੈ, ਮਦਰ ਬਲੋਚ। ਹਾਂਜੀ, ਲਓ ਜੀ, ਜਿੰਦਾਬਾਦ। ਅਸਲਾਮ ਵਾਲੇਕੁਮ ਜੀ ਦੋਸਤੋ। ਇਹ ਜੀ ਟਰੈਕਟਰ 385 ਡਿਲੈਕਸ 2024 ਮਾਡਲ ਹੈ, ਅਤੇ ਪਿੱਛੇ ਚਾਪਰ ਹੈ ਜੀ, ਅਲਕਾਸਮ ਐਗਰੋ ਨਸ਼ੋਰਾ ਵਿਰਕਾਂ ਦੀ। ਅਤੇ ਭਾਈ ਹੁਣੀ ਚਾਪਰ 'ਤੇ ਚਲਾ ਰਹੇ ਆ ਟਰੈਕਟਰ, ਅਤੇ ਇਹ ਥੋੜ੍ਹੇ ਦਿਨ ਹੋਏ ਆ ਟਰੈਕਟਰ ਆਇਆ ਜੀ ਡਿਲੈਕਸ, ਔਰ ਟਰੈਕਟਰ ਕਿਸ ਤਰ੍ਹਾਂ ਚੱਲਦਾ ਪਿਆ ਭਾਈ ਉਹਨਾਂ ਨੂੰ ਪੁੱਛ ਲੈਂਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਅ ਜੀ ਕੀ ਨਾਮ ਆਪਣਾ ਜੀ? ਮੇਰਾ ਨਾਮ ਉਸਮਾਨ। ਅੱਛਾ ਜੀ, ਇਹ ਟਰੈਕਟਰ ਇੱਥੇ ਆਪਣੀ ਤਹਿਸੀਲ 'ਚ ਪਹਿਲਾਂ ਹੀ ਆਇਆ ਜੀ? ਹਾਂਜੀ, ਪਹਿਲਾਂ ਆਇਆ ਜੀ। ਕਿੰਨੇ ਕੁ ਦਿਨ ਹੋ ਗਏ ਆਏ ਨੂੰ? ਤਕਰੀਬਨ ਚਾਪਰ ਜੋ ਕਣਕ ਖਲੋਤੀ ਜਦੋਂ ਲਿਆਂਦਾ ਜੀ, ਤਕਰੀਬਨ ਚਾਪਰ ਹੀ ਪਾਈ ਹੈ ਤੇ ਮਗਰ। ਅੱਛਾ, ਚਾਪਰ ਹੀ ਪਾਈ ਹੈ ਮਗਰ, ਲਿਆ ਕੇ। ਸਹੀ ਹੋ ਗਿਆ। ਤੇ ਕਿਸ ਤਰ੍ਹਾਂ ਦਾ ਟਰੈਕਟਰ ਚੱਲਦਾ ਪਿਆ, ਕੀ ਇਹਦਾ ਫੀਡਬੈਕ ਇਧਰ ਦੱਸੋ? ਠੀਕ ਹੈ, ਟਰੈਕਟਰ ਮਾਸ਼ਾਅੱਲਾ ਸੋਹਣਾ ਚੱਲਦਾ ਪਿਆ, ਮਾੜਾ ਨਹੀਂ ਹੈ। ਸਹੀ ਹੋ ਗਿਆ। ਬਾਕੀ ਕੋਈ ਮਸਲਾ ਮਸਾਇਲ ਤਾਂ ਨਹੀਂ ਬਣਿਆ ਤੁਹਾਨੂੰ? ਨਿੱਕੀ ਮੋਟੀ ਲੀਕੇਜਾਂ ਤਾਂ ਹੁੰਦੀਆਂ ਰਹਿੰਦੀਆਂ, ਉਹਨਾਂ ਦਾ ਕੋਈ ਮਸਲਾ ਨਹੀਂ ਹੈ। ਅੱਛਾ, ਨਾ ਹੋਰ ਮਾਸ਼ਾਅੱਲਾ ਟਰੈਕਟਰ ਠੀਕ ਆ, ਲੀਕਿੰਗ ਤਾਂ ਕੋਈ ਨਹੀਂ ਯਾਨੀ ਕਿ? ਦਿਖਾ ਦੇਣੇ, ਟਰੈਕਟਰ ਸਾਫ ਹੀ ਹੈ। ਹਾਂਜੀ, ਟਰੈਕਟਰ ਸੁੱਕਾ ਵੇਖ ਲਓ। ਹਾਂਜੀ, ਸੁੱਕਾ ਜੀ। ਪਤਾ ਇੱਥੋਂ ਥੋੜਾ ਜਿਹਾ ਬਲੋ ਦਾ, ਇਹ ਤੇ ਫਿਰ ਸਾਰੇ ਹੀ ਮਾਰਦੇ ਆ। ਹਾਂਜੀ, ਇਹ ਤਾਂ ਨਵਾਂ ਲਿਆ, ਉਹ ਵੀ ਮਾਰਦਾ। ਹਾਂਜੀ, ਬਲੋ ਮਾਰਦਾ। ਹਾਂਜੀ, ਤੇ ਬਾਕੀ ਇਹਦਾ ਟਾਪਾ ਸ਼ਾਪਾ ਸਹੀ ਹੈ? ਹਾਂਜੀ, ਜਾਂ ਇੱਥੋਂ ਟਾਪੇ ਤੋਂ ਲੀਕ ਹੋਇਆ ਥੋੜਾ ਜਿਹਾ। ਅੱਛਾ ਜੀ, ਅੱਗੇ ਮੁਕਾਬਲੇ ਤੋਂ। ਲਓ ਜੀ, ਆਹ ਲੀਕਿੰਗ ਇਹਦੀ ਹੋਈ ਹੈ, ਇੱਥੇ ਕਿਉਂ ਹੋਈ ਹੈ? ਜੈਨੂਅਨ ਹੈ ਜਾਂ ਕੋ ਆਪ ਇੱਥੇ ਪੈਪ ਲਾਏ ਕੋਈ? ਨਹੀਂ, ਇਹ ਜੈਨੂਅਨ ਨਹੀਂ ਹੈ ਸਰ, ਕੋਈ ਹੈ ਪੈਪ ਲਿਆ, ਸਮਰੀ ਲਾਈ ਸਿਰਫ। ਅੱਛਾ, ਸਮਰੀ ਤੋਂ ਲੀਕ ਹੋਇਆ, ਇੱਥੋਂ ਲੀਕ ਹੋਇਆ। ਲਓ ਜੀ, ਇੱਥੇ ਲੀਕ ਹੋ ਗਿਆ ਜੀ, ਆਹ ਚੈੱਕ ਕਰੋ ਜੀ। ਬਾਕੀ ਹੋਰ ਠੀਕ ਹੈ? ਹਾਂਜੀ, ਹੋਰ ਆਹ ਜਿਹੜੇ ਚੈੱਕ ਲਾਏ ਇਹਨਾਂ ਨੇ ਕੰਪਨੀ ਵਾਲੇ ਦੱਸ ਕੀਤਾ ਵਾ, ਉਹ ਸਿੰਮੇ ਨੇ। ਅੱਛਾ ਜੀ, ਚੈੱਕ। ਹਾਂਜੀ, ਚੈੱਕਾਂ ਦੀ ਸੂਰਤ ਹਾਲ ਜੀ ਹੈ, ਤੁਹਾਨੂੰ ਦਿਖਾ ਦਿੰਦੇ ਹਾਂ। ਹਾਂਜੀ, ਇੱਥੋਂ ਲੀਕਿੰਗ ਹੋਈ, ਇਹ ਆਇਲ ਹੀ ਤਾਂ ਕੱਢਦਾ ਜੀ, ਕੀ ਮਸਲਾ ਹੈ? ਆਇਲ ਕੱਢਦਾ ਇੱਥੋਂ, ਇਹ ਸੀਲਾ ਇੱਥੇ? ਹਾਂਜੀ, ਸੀਲਾ ਹੁੰਦੀਆਂ, ਰਬੜ ਦੇ ਛੱਲੇ ਹੁੰਦੇ ਇੱਥੇ, ਉਹ ਲੀਕ। ਉਹ ਤਾਂ ਤੁਸੀਂ ਅਜੇ ਕੱਦੂ ਜੀ ਨਹੀਂ ਚਲਾਇਆ, ਪਾਣੀ ਜੀ ਨਹੀਂ ਪਿਆ, ਤੇ ਬਸ ਵੈਸੇ ਹੀ ਸੁੱਕੇ ਜੀ। ਠੀਕ ਹੋ ਗਿਆ ਜੀ, ਇੱਧਰੋਂ ਥੋੜ੍ਹੀ ਲੀਕਿੰਗ ਹੈ ਟਾਪਿਆਂ ਦੀ ਜਾਂ ਜੇਕਾਂ ਤੋਂ, ਇਹ ਤਰ੍ਹਾਂ ਮਜ਼ਬੂਤ ਕਰਨੇ ਚਾਹੀਦੇ ਆ। ਹਾਂਜੀ, ਬਾਕੀ ਟਰੈਕਟਰ ਦਾ ਟੋਰਾ ਕਿਵੇਂ? ਟੋਰਾ ਠੀਕ ਹੈ, ਤਾਂ ਚਲਾ ਕੇ ਦਿਖਾਉਂਦੇ ਆ ਟੋਰਾ। ਹਾਂਜੀ, ਤੇ ਵੇਖ ਲਿਓ ਆਪ ਵੀ ਖੁਦ ਹੀ। ਸਹੀ ਹੋ ਗਿਆ। ਅੱਛਾ, ਤੁਸੀਂ ਇਹਨੂੰ ਲੇਜ਼ਰ ਤੇ ਕਹਿੰਦੇ ਸੀ ਇੱਕ ਦਿਨ ਚਲਾਇਆ ਸੀ? ਹਾਂਜੀ, ਰੇਜ਼ਰ ਤੇ ਚਲਾਇਆ, ਰੇਜ਼ਰ ਤੇ ਮਾਸ਼ਾਅੱਲਾ ਸੋਹਣੀ ਖਿਚਾਈ ਕਰਦਾ। ਸੋਹਣੀ ਖਿਚਾਈ ਕਰਦਾ, ਸਲਿਪ ਨਹੀਂ ਕੱਢਦਾ? ਨਹੀਂ ਕੱਢਦਾ। ਇਹਨੇ ਡਿਸਕਾਂ ਤੇ ਜਾਂ ਲੇਜ਼ਰ ਤੇ ਤੁਹਾਨੂੰ ਇਹਦਾ ਫਾਇਦਾ ਹੋਣਾ ਹੈ। ਬਾਕੀ ਇਹਨਾਂ ਚੀਜ਼ਾਂ ਦੇ ਪੀਟੀਓ ਤੇ ਚੱਲਣਾ, ਇੰਜਣ ਉਹੀ ਹੈ। ਤੇ ਇੰਜਣ ਕਿਸ ਤਰ੍ਹਾਂ ਲੋਡ ਤਾਂ ਨਹੀਂ ਲੈਂਦਾ? ਦਬਦਾ ਨਹੀਂ ਲੈਂਦਾ? ਦਬਦਾ ਤਾਂ ਨਹੀਂ ਹੈ? ਆਰਪੀਐਮ ਤਾਂ ਨਹੀਂ ਘਟਾਉਂਦਾ? ਨਹੀਂ ਘਟਾਉਂਦਾ। ਇਹ ਟਰੈਕਟਰ ਜੀ ਆਪਣਾ ਛੱਤ ਪਾਈ ਰਿਆਸ ਦੀ ਲੱਗੀ ਹੈ ਲੋਰੋਂ, ਇਹ ਟਰੈਕਟਰ ਤਿਆਰ ਹੋ ਕੇ ਆਇਆ ਸੀਗਾ। ਇਹ ਆਪਣੇ ਇੱਥੇ ਹਮਸਾਏ ਨੇ ਜੀ, ਇਹਨਾਂ ਦੇ ਕੋਲ ਟਰੈਕਟਰ ਆਇਆ ਜੀ। ਤੇ ਬਾਕੀ ਜੀ ਅੱਜ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਨਾਲ ਇੱਕ ਦਬੰਗ ਚੱਲਦਾ ਪਿਆ ਸੀ, ਦਬੰਗ ਦੇ ਨਾਲ ਇਹਦਾ ਥੋੜ੍ਹਾ ਜਿਹਾ ਟੋਰਾ ਤੁਹਾਨੂੰ ਦਿਖਾਉਣਾ ਸੀ, ਲੇਕਿਨ ਦਬੰਗ ਦਾ ਥੋੜ੍ਹਾ ਜਿਹਾ ਮਸ਼ੀਨ ਦਾ ਕੰਮ ਨਿਕਲਿਆ, ਉੱਧਰ ਚਲੇ ਗਏ ਨੇ। ਅਤੇ ਫਿਰ ਇਨਸ਼ਾਅੱਲਾ ਅਗਲੀ ਵੀਡੀਓ ਤੁਹਾਨੂੰ ਜ਼ਰੂਰ ਇਹਨੂੰ ਦਬੰਗ ਨਾਲ ਟੋਰ ਕੇ ਦਿਖਾਵਾਂਗੇ ਜੀ ਡਿਲੈਕਸ ਨੂੰ। ਭਾਅ ਜੀ, ਚਾਪਰ ਦੇ ਬਾਰੇ ਦੱਸੋ। ਹਾਂਜੀ, ਚਾਪਰ ਅਲਕਾਸਮ ਦਾ 2023 ਮਾਡਲ ਹੈ, ਮਾਸ਼ਾਅੱਲਾ ਚਾਪਰ ਬਹੁਤ ਸੋਹਣੀ ਹੈ। 23 ਮਾਡਲ ਹੈ? ਹਾਂਜੀ, 23 ਪਿਛਲੇ ਸੀਜ਼ਨ ਤੇ ਆਈ। ਹਾਂਜੀ, ਪਿਛਲੇ ਸੀਜ਼ਨ ਤੇ। ਕੋਈ ਟੁੱਟ ਭੱਜ, ਕੋਈ ਟੁੱਟ ਭੱਜ ਨਹੀਂ ਹੈ ਜੀ।
ਅੱਛਾ ਜੀ ਮਾਸ਼ਾਅੱਲਾ ਪੂਰੇ ਸੀਜ਼ਨ ਚ ਇਹਨਾਂ ਨੇ ਤੰਗ ਨਹੀਂ ਕੀਤਾ ਸਾਨੂੰ ਹੁਣ ਦੂਸਰਾ ਸੀਜ਼ਨ ਚੱਲਦਾ ਦੂਸਰਾ ਅੱਧਾ ਸੀਜ਼ਨ ਹੋ ਗਿਆ ਤਕਰੀਬਨ ਹਾਂ ਜੀ ਤਕਰੀਬਨ ਤੇ ਕਿੰਨੀਆਂ ਕੁ ਟਰਾਲੀਆਂ ਰੋਜ਼ ਦੀਆਂ ਬਣਾ ਲੈਂਦੇ ਤਕਰੀਬਨ ਜਿਹੜੀ ਟ੍ਰੇਨਾਂ ਬਣਾਈਆਂ 18-19 20-18-19 ਬਣਦੀਆਂ 20 ਟਰਾਲੀਆਂ ਬਣ ਜਾਂਦੀਆਂ ਨੇ ਜੀ ਥੋੜੀ ਛੋਟੀ ਕਿਵੇਂ ਥੋੜੀ ਛੋਟੀ ਠੀਕ ਹੈ ਲੋਕੀ ਕਹਿੰਦੇ ਬਰੀਕ ਆ ਥ੍ਰੈਸ਼ਰ ਤਰ੍ਹਾਂ ਥ੍ਰੈਸ਼ਰਾਂ ਤੇ ਇਹਨਾਂ ਰਲਣ ਲੱਗੀ ਹੈ ਫਿਰ ਵੀ ਠੀਕ ਆ ਥੋੜੀ ਸਹੀ ਐਡਜਸਟਮੈਂਟ ਹੁੰਦੀ ਹੈ ਜੀ ਹਾਂਜੀ ਹੁੰਦੀ ਆਹ ਲੱਗੀ ਇਸ 'ਚ ਅੱਛਾ ਇੱਥੇ ਮੈਂ ਦੇਖਦਾ ਕਈ ਘਰਾਂ ਦੀਆਂ ਮਸ਼ੀਨਾਂ ਨੇ ਹੁਣ ਮੈਂ ਨਾਂ ਨਹੀਂ ਲੈਂਦਾ ਟੁੱਟ ਭੱਜ ਬਹੁਤ ਆ ਕਿਲ ਕਾਬਲਾ ਬੈਰਿੰਗ ਤੇ ਮੇਨ ਚੀਜ਼ਾਂ ਹੀ ਟੁੱਟ ਜਾਂਦੀਆਂ ਨੇ ਉਹ ਭਾਜੀ ਜਦੋਂ ਪੈਸਾ ਉੱਥੇ ਲਾਣੀ ਹੈ ਪਾਰਟ ਨੂੰ ਚਲਾਈ ਜਾਣਾ ਫਿਰ ਇੱਦਾਂ ਹੀ ਹੋਣਾ ਜਦੋਂ ਇੱਕ ਵਾਰ ਖਿਲਾਰ ਕੇ ਮਸ਼ੀਨ ਤੇ ਪੈਸਾ ਲੈ ਆਈਏ ਚੰਗੀ ਸ਼ਹਿਰ ਲੈ ਆਈਏ ਚਾਹੇ ਚੰਗੇ ਲਾਈਏ ਉੱਤੇ ਤੇ ਨਹੀਂ ਟੁੱਟ ਭੱਜ ਹੁੰਦੀ ਸਹੀ ਹੋ ਗਿਆ ਯਾਨੀ ਸਸਤੀ ਵੇਖ ਕੇ ਲੈ ਆਉਂਦੇ ਆ ਤੇ ਮੁੜ ਕੇ ਜ਼ਲੀਲ ਹੁੰਦੇ ਆ ਸਹੀ ਇਹ ਨਵੀਆਂ ਮਸ਼ੀਨਾਂ 'ਚ ਵੀ ਫਾਲਟ ਆਉਂਦੇ ਨੇ ਇਹਨਾਂ ਦੇ ਗੁਆਂਢੀ ਇੱਥੇ ਚੱਲਦੀ ਪਈਆਂ ਨੂੰ ਅਸੀਂ ਨਾਂ ਨਹੀਂ ਲੈਂਦੇ ਕਿਸੇ ਫਰਮ ਦਾ ਵੀ ਲੇਕਿਨ ਮਸ਼ੀਨਾਂ ਤੰਗ ਕਰਦੀਆਂ ਨੇ ਬਹੁਤ ਕਰਦੀਆਂ ਨੇ ਇੱਥੇ ਮਸਾਇਦ ਸਾਡੇ ਨਾਲ ਲਿਆਂਦੀ ਯਾਰ ਕ ਨਵੀਂ ਮਸ਼ੀਨ ਲਿਆਂਦੀ ਮੈਂ ਮਦਾ ਲਿਆਂਦੀ ਉਹ ਯਾਰ ਜੀ ਨਾਂ ਨਹੀਂ ਖਣ ਚਾ ਚਲੋ ਜੋ ਵੀ ਏ ਸਹੀ ਉਹਨਾਂ ਨੇ ਲਿਆਂਦੀ ਬਲ ਬਕਸ ਦੋ ਨਟ ਲਾਏ ਸਿਰਫ ਸਹੀ ਉਹਦੀ ਉਧਰੋਂ ਚਾਦਰ ਇੱਕ ਸਾਈਡ ਤੋਂ ਲੱਤ ਗਈ 24 ਮਾਡਲ ਹਾਂਜੀ ਉਹ 24 ਮਾਡਲ ਜੀ ਸਹੀ ਹੋਈਆਂ ਨੇ ਹੁਣ ਉਹ ਗੱਲ ਨਹੀਂ ਰਹੀ ਪਹਿਲੇ ਨਹੀਂ ਉਹ ਗੱਲ ਨਹੀਂ ਰਹੀ ਤੇ ਬਾਕੀ ਤੁਹਾਡਾ ਕੰਮ ਸਹੀ ਚੱਲਿਆ ਹਾਂਜੀ ਸ਼ੁਕਰ ਅੱਲਾ ਦਾ ਸਾਡਾ ਠੀਕ ਚੱਲਿਆ ਇਹ ਜੈਨੂਅਨ ਗੱਲਬਾਤ ਦੱਸਣੀ ਹੈ ਤੁਸੀਂ ਇਹ ਕੋਈ ਆਪਾਂ ਕਿਸੇ ਦੀ ਜੈਨੂਅਨ ਦੱਸੀ ਹੈ ਕਿਸੇ ਦੀ ਗੋਏ ਦੀ ਨਕਲ ਕੀਤੀ ਜੈਨੂਅਨ ਦੱਸੀ ਹੈ ਸਹੀ ਹੋ ਗਿਆ ਜੀ ਹਾਂਜੀ ਤੇ ਬਾਕੀ ਬੈਲਟ ਸ਼ੈਲਟ ਜਾਂ ਕੋਈ ਚੀਜ਼ ਜੈਨੂਅਨ ਚੱਲੇ ਪਿਛਲੇ ਸਾਲ ਦੇ ਨੇ ਸਹੀ ਕੋਈ ਸ਼ੈ ਨਹੀਂ ਬਦਲੀ ਸਹੀ ਹੋ ਗਿਆ ਜੀ ਚੀਜ਼ ਸਹੀ ਚੱਲੇ ਤਾਂ ਜ਼ਰਾ ਇਹ ਹੁੰਦਾ ਹੈ ਕਿ ਸੀਜ਼ਨ ਦੇ ਵਿੱਚ ਟਰਾਲੀਆਂ ਜ਼ਿਆਦਾ ਬਣ ਜਾਂਦੀਆਂ ਨੇ ਤੇ ਗੱਲ ਉੱਥੇ ਹੀ ਆ ਜਾਂਦੀ ਹੈ ਤੇ ਸਸਤੀ ਬਣਦੀਆਂ ਤੇ ਜੇ ਸਸਤੀ ਲੈ ਕੇ ਬੰਦਾ ਖੱਜਲ ਹੋਣ ਡੈ ਪਏ ਫਿਰ ਤਾਂ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਤੇ ਚੰਗੀ ਚੀਜ਼ ਹੋਵੇ ਤਾਂ 4 ਸਾਲ ਬਾਅਦ ਚੱਲ ਜਾਂਦੀ ਹੈ ਬਾਅਦ 'ਚ ਵੇਚਣੀ ਹੋਵੇ ਤਾਂ ਵਿਕ ਵੀ ਜਾਂਦੀ ਹੈ ਲਓ ਜੀ ਇਹ ਤੂੜੀ ਬਣਾਉਣ ਲੱਗੇ ਹੁਣ ਤੁਹਾਨੂੰ ਮਸ਼ੀਨ ਦੀ ਕੰਡੀਸ਼ਨ ਦਿਖਾਤੀ ਹੈ ਅਸੀਂ ਅਸੀਂ ਵੀ ਤੁਹਾਨੂੰ ਰਿਕਮੈਂਡ ਕਰੀਦਾ ਜੀ ਕਿ ਚੀਜ਼ ਅੱਛੀ ਲੈ ਲਓ ਇੱਕ ਵਾਰੀ ਪੈਸੇ ਤਾਂ ਲੱਗਦੇ ਆ ਤੁਹਾਡਾ ਸੀਜ਼ਨ ਨਹੀਂ ਮਾਰਿਆ ਜਾਏਗਾ ਤੁਹਾਡਾ ਇਹ ਹੈ ਕਿ ਉਹ ਚੀਜ਼ ਤੁਸੀਂ ਥੋੜ੍ਹੇ ਪੈਸੇ ਲਾ ਕੇ ਅਤੇ ਥੋੜ੍ਹੇ ਹੀ ਜ਼ਾਇਆ ਕਰ ਲੈਂਦੇ ਸਾਰੇ ਅਤੇ ਅੱਛੇ ਚੀਜ਼ ਅੱਛੀ ਲੈ ਲਵੋ ਥੋੜ੍ਹੀ ਜਿਹੀ ਮਹਿੰਗੀ ਮਿਲਦੀ ਹੈ ਲੇਕਿਨ ਚੀਜ਼ ਦਾ ਫਾਇਦਾ ਹੁੰਦਾ ਹੈ ਇਹ ਤੁਸੀਂ ਲੈਣ ਤੇ ਗਏ ਸੀ ਹੋਰ ਮਸ਼ੀਨ ਤੇ ਤੁਸੀਂ ਇਹ ਕਿਉਂ ਲਿਆਂਦੀ ਫਿਰ ਨਾ ਇੱਕ ਭਾਈ ਦੋਸਤ ਸੀ ਸਾਡੇ ਉਹਨਾਂ ਨਾਲ ਮਸ਼ਵਰਾ ਕੀਤਾ ਨਾ ਗੱਲ ਕਸਮ ਵਾਲੀ ਮਸ਼ੀਨ ਲਵੋ ਅੱਛਾ ਦੂਸਰੀ ਮਸ਼ੀਨ ਨਹੀਂ ਸੀ ਨਾਲ ਕਸਮ ਵਾਲੀ ਮਸ਼ੀਨ ਸਹੀ ਆ ਇਹ ਲਵੋ ਇਹ ਸਹੀ ਆ ਸਹੀ ਹੋ ਗਿਆ ਜੀ ਅਸੀਂ ਵੀ ਜਿੰਨੇ ਬੰਦਿਆਂ ਦਾ ਫੀਡਬੈਕ ਲਿਆ ਨਾ ਕਿਸ ਮਸ਼ੀਨ ਦੇ ਬਾਰੇ ਉਹ ਸਾਰੇ ਕਹਿੰਦੇ ਕਿ ਮਸ਼ੀਨ ਟੁੱਟ ਭੱਜ ਰਿਪੇਅਰਿੰਗ ਨਹੀਂ ਕੱਢਦੀ ਹਾਂਜੀ ਨਹੀਂ ਰਿਪੇਅਰਿੰਗ ਨਹੀਂ ਕੱਢਦੀ ਸੁਥਰੀ ਸੋਹਣੀ ਚੱਲਦੀ ਹੈ ਤੇ ਤੰਗ ਨਹੀਂ ਕਰਦੀ ਸੀਜ਼ਨ ਤੇ ਗਰਮੀ ਦੇ ਵਿੱਚ ਕੋਈ ਖੋਲਣੀ ਚੀਜ਼ ਪੈ ਜੇ ਹਾਂਜੀ ਵਾਰ-ਵਾਰ ਵਰਕਸ਼ਾਪਾਂ ਜਾਣਾ ਪਵੇ ਤੇ ਜਲੀਲ ਹੁੰਦਾ ਬੰਦਾ ਲਓ ਜੀ ਹੁਣ ਮਾਰੋ ਸਲਫ ਤੁਸੀਂ ਤੇ ਅੱਜ ਆਪਾਂ ਮਾਈਕ ਆਪਣੇ ਭੁੱਲ ਗਏ ਹਾਂ ਨਹੀਂ ਤੇ ਜ਼ਰਾ ਆਵਾਜ਼ ਦਾ ਸ਼ਾਇਦ ਇਸ਼ੂ ਆਵੇ ਤੇ ਇਨਸ਼ਾਅੱਲਾ ਜੀ ਇਹਦਾ ਡਲੈਕਸ ਦਾ ਤੁਹਾਨੂੰ ਦਬੰਗ ਨਾਲ ਟੋਰਾ ਦਿਖਾਉਣਾ ਹੈ ਅਤੇ ਅੱਜ ਹੀ ਦਿਖਾਉਣਾ ਸੀਗਾ ਲੇਕਿਨ ਅੱਜ ਦਬੰਗ ਵਾਲਾ ਉਹਦੀ ਚਾਪਰ ਖਰਾਬ ਹੋ ਗਈ ਹੈ ਉਹ ਉਹਨੂੰ ਸਹੀ ਕਰਾਉਣ ਚਲਾ ਗਿਆ ਇੱਥੇ ਲਾਗੇ ਚੱਲ ਰਿਹਾ ਸੀ ਅਤੇ ਇਨਸ਼ਾਅੱਲਾ ਜੀ ਇਕੱਠਿਆਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਭਾਅ ਜੀ ਨਾ ਜ਼ਰਾ ਤੁਸੀਂ ਫੁੱਲ ਟੋਰਾ ਵਿਖਾਉਣਾ ਇਹਦਾ ਫੁੱਲ ਹਾਂਜੀ ਤੂੰ ਤੀਸਰਾ ਹੀ ਖਿੱਚਦਾ ਕਿ ਨਹੀਂ ਖਿੱਚ ਕੇ ਵਾਹ ਕਿੰਨਾ ਕੁ ਧੂੰਆਂ ਮਾਰਦਾ ਇਹ ਵੀ ਦੇਖਣਾ ਹੈ ਇੱਥੇ ਕੋਈ ATS ਟਰੈਕਟਰ ਤਾਂ ਨਹੀਂ ਹੈਗਾ ਅਤੇ ਸਾਡੀ ਕੋਸ਼ਿਸ਼ ਇਹ ਸੀ ਕਿ ATS ਦਬੰਗ ਅਤੇ ਡਲੈਕਸ ਤਿੰਨਾਂ ਨੂੰ ਇਕੱਠਿਆਂ ਟੋਰੀਏ ਕਿਉਂਕਿ ਤਿੰਨਾਂ ਟਰੈਕਟਰ ਸਪੇਸਰ ਪਏ ਆ ਟੋਰਾ ਇਹਨਾਂ ਦਾ ਵੀ ਸਹੀ ਹੈ ਇਹਦੇ ਨਾਲ ਜੀ ਪਾਵਰ ਦੇ ਟਾਇਰ ਆ 18-4 ਦੇ ਛੋਟੇ ਮੋਟੇ ਮਸਲੇ ਹੈਗੇ ਲੇਕਿਨ ਗੱਡੀ ਸੋਹਣੀ ਲੱਗਦੀ ਹੈ ਚੱਲਦੀ ਆਹ ਧੂੰਆਂ ਚੈੱਕ ਕਰੋ ਜੀ ਤੀਸਰਾ ਲੋ ਲੱਗਾ ਜੀ ਤੀਸਰਾ ਲੋ
ਲਓ ਜੀ ਤੀਸਰੇ ਲੋਹ 'ਚ ਚਾਪਰ ਲੈ ਕੇ ਆ ਰਿਹਾ ਜੀ 385 ਡਲੈਕਸ 2024 ਮਾਡਲ ਹਲਕਾਸ ਮੈਕਰੋ ਨਿਸ਼ੋਰਾ ਵਿਰਕਾਂ ਦੀ ਮਸ਼ੀਨ ਹੈ ਪਿੱਛੇ ਅਤੇ ਤੀਸਰੇ ਲੋਹ 'ਚ ਖਿੱਚ ਰਿਹਾ ਹੈ। ਮਿਲਦਾ ਟਰੈਕਟਰ
ਦਿੰਦੇ ਅੱਜ। ਤੀਸਰਾ ਖਿੱਚੀ ਜਾਂਦਾ 75, 85 ਪਿੱਛੇ ਰਹਿ ਗਿਆ ਜੀ। ਟਾਇਰ ਇਹਨੂੰ ਵੀ ਵੱਡੇ ਹੀ ਆ ਜੀ, 18 ਦੇ ਆ। ਲੈ ਜਾਓ ਬਣ ਗਈ ਵੀਡੀਓ, ਲੈ ਜਾ ਹੁਣ ਅਤੇ ਹੋਰ ਵੀ ਟਰਾਲੀਆਂ ਬਣਾਉਣੀਆਂ, ਇਕੱਲੀ ਇਹ ਤਾਂ ਨਹੀਂ ਬਣਾਉਣੀ, ਟਰਾਲੀ ਫੁੱਲ ਹੋ ਗਈ ਹੈ, ਟਰਾਲੀ ਫੁੱਲ ਹੋ ਗਈ ਹੈ। ਇਹ ਨਾ ਮੈਂ ਗੱਡੀ ਗਰਮ ਹੋ ਜਾਏ ਹੈ ਉਹ ਜੀ, ਬੰਦਾ ਰਾਜ਼ੀ ਹੋ ਗਿਆ, ਬੰਦਾ ਖੁਸ਼ ਹੋ ਗਿਆ। ਖਾਲੀ ਕਰ, 85 ਵਾਲਾ ਵੀ ਲੱਗਾ ਜੀ। ਲਓ ਜੀ ਆਹ 85 ਵਾਲਾ ਪਹਿਲਾਂ ਲੱਗਾ ਅਤੇ ਆਹ 75 ਵਾਲਾ ਟਰਾਲੀ ਭਰ ਲਿਆ। ਇਹ ਮੁੰਡਾ ਸ਼ੋਰ ਜਿਹੜਾ ਅਥਰਾ ਡਰਾਈਵਰ ਹੈ।